ਔਰ ਇੱਕ ਬੋਲਣ ਵੇਲੇ ਪਤਾ ਨਹੀਂ ਕੀ ਖਾ ਕੇ ਆਉਂਦੇ ਆ, ਕੀ ਸੋਚ ਕੇ ਆਉਂਦੇ ਆ। ਹੁਣ ਤੁਸੀਂ ਦੇਖ ਲਓ, ਹੈ ਨਹੀਂ ਉਹ, ਇੱਥੇ ਬਹਿੰਦੇ ਆ ਪ੍ਰਤਾਪ ਸਿੰਘ ਭਾਜਪਾ। ਉਹਨੂੰ ਭਾਜਪਾ ਦੀ ਬੜੀ ਫਿਕਰ ਲੱਗੀ ਰਹਿੰਦੀ ਹੈ। ਦੱਸੋ ਖਾਂ ਫਿਰ ਆਪਰੇਸ਼ਨ ਲੋਟਸ ਦਾ ਕੀ ਹੋਇਆ? ਉਹ ਆਪਦਾ ਰਸਤਾ ਭਾਲਦੇ ਨੇ ਵੀ ਕੀ ਬਣਿਆ, ਕਿਵੇਂ ਇਹ ਗੱਲ ਕਰੀ ਦੀ ਹੁੰਦੀ, ਦੱਸੋ। ਕਿਉਂਕਿ ਉੱਪਰਲੀ ਮੰਜ਼ਿਲ 'ਤੇ ਤਾਂ ਭਾਜਪਾ ਦੀ ਹੈ ਨਾ, ਉਹਨਾਂ ਦੇ ਘਰੇ ਉੱਪਰਲੀ ਮੰਜ਼ਿਲ 'ਤੇ ਭਾਜਪਾ ਦਾ ਝੰਡਾ ਹੈ, ਥੱਲੜੀ 'ਤੇ ਕਾਂਗਰਸ ਦਾ, 12 ਪੌੜੀਆਂ ਦਾ ਫਰਕ ਹੈ। ਕਦੇ ਗਲਤੀ ਨਾਲ ਚੜ੍ਹ ਗਏ ਤਾਂ ਗਏ। ਹਾਂ, ਅਤੇ ਕੀ ਬੋਲ ਰਹੇ ਸੀਗੇ? ਆਹ ਮੇਰੇ ਚੁਣੇ ਹੋਏ, ਆਹ ਸਾਡੇ ਹੀਰੇ ਨੇ ਇਹ ਸਾਰੇ ਚੁਣੇ ਹੋਏ, ਆਹ ਵੀ ਸਾਰੇ ਹੀਰੇ ਚੁਣੇ ਨੇ ਲੋਕਾਂ ਨੇ, ਲੋਕਾਂ ਦੀ ਗਲਤ ਨਹੀਂ ਹੋ ਸਕਦੀ ਚੋਇਸ। ਅਤੇ ਇਹਨਾਂ ਬਾਰੇ ਕੀ ਕਹਿੰਦੇ ਸੀਗੇ? ਮੈਂ ਤਾਂ ਬੜਾ ਹੈਰਾਨ ਹਾਂ, ਕਿਹੋ ਜਿਹਾ ਮਟੀਰੀਅਲ ਆ ਗਿਆ ਜੇ। ਅਤੇ ਜੇ ਮੈਂ ਕਹਾਂ ਰਾਹੁਲ ਗਾਂਧੀ ਟਰੱਕਾਂ 'ਤੇ ਚੜਿਆ ਫਿਰਦਾ, ਰਾਜਾ ਵੜਿੰਗ ਬੱਸਾਂ ਤੋਂ ਡਰਦਾ ਫਿਰਦਾ, ਕਿਹੋ ਜਿਹਾ ਮਟੀਰੀਅਲ ਆ ਗਿਆ ਜੇ ਦੇਸ਼ 'ਚ? ਮਟੀਰੀਅਲ ਦੱਸਦੇ ਲੋਕਾਂ ਨੇ ਚੁਣ ਕੇ ਭੇਜਿਆ ਜਨਾਬ, ਠੇਕਾ ਲਿਆ ਇਹਨਾਂ ਨੇ ਕਿ ਇਹੀ ਚੁਣੇ ਜਾਇਆ ਕਰਨਗੇ, ਇਹਨਾਂ ਦੇ ਭਾਈ ਭਤੀਜੇ ਚੁਣੇ ਜਾਇਆ ਕਰਨਗੇ। ਸੋ ਇਸ ਕਰਕੇ ਜ਼ਿਆਦਾ ਕਾਲੀਆਂ ਐਨਕਾਂ ਲਾਉਣ ਨਾਲ ਬੰਦਾ ਸੱਚਾ ਨਹੀਂ ਹੁੰਦਾ, ਬਲਕਿ ਜ਼ਿਆਦਾ ਕਾਲੀਆਂ ਐਨਕਾਂ ਨਾਲ ਲੋਕ ਸ਼ੱਕ ਕਰਨ ਲੱਗ ਜਾਂਦੇ ਨੇ ਕਿਸੇ ਕੋਲੋਂ ਕਾਣਾ ਹੈ, ਅੱਖ ਨਹੀਂ ਮਿਲਾਉਂਦਾ। ਮੈਂ ਪਹਿਲਾਂ ਵੀ ਕਹਿ ਚੁੱਕਿਆ, ਅੱਖ ਨਾਲ ਅੱਖ ਮਿਲਾ ਕੇ ਗੱਲ ਕਰਿਆ ਕਰੋ, ਕਿਉਂ ਚਲੇ ਗਏ? ਹਰ 5-10 ਮਿੰਟਾਂ ਵਿੱਚ ਚਲੇ ਗਏ, ਬਸ ਹੋ ਜਾਂਦੇ ਹੋਏ ਨਾਲੇ ਲਾ ਕੇ, ਚਲੋ ਜੀ ਕੰਮ ਠੀਕ ਹੈ, ਬੈਠੋ। ਆਰ ਡੀ ਐਫ 'ਚ ਪਿੰਡਾਂ 'ਚ ਤਾਂ ਤੁਸੀਂ ਵੀ ਜਾਣਾ ਹੈ, ਬਹੁਤ ਦੁਨੀਆ ਇਸ ਵਕਤ ਦੇਖ ਰਹੀ ਹੋਊਗੀ ਲਾਈਵ ਟੈਲੀਕਾਸਟ। ਬਈ ਕਾਂਗਰਸੀ ਵੀ ਪਿੰਡਾਂ 'ਚ ਜਾਣਗੇ ਤਾਂ ਪਿੰਡਾਂ ਵਾਲੇ ਪੁੱਛਣਗੇ ਵੀ ਜਿੱਥੇ ਆਰ ਡੀ ਐਫ 'ਤੇ ਗੱਲ ਚੱਲਦੀ ਸੀ, ਸੈਂਟਰ ਦੇ ਵਿਰੁੱਧ ਬੋਲਣਾ ਸੀ, ਮਤਾ ਪਾਸ ਕਰਨਾ ਸੀ, ਉੱਥੇ ਕਿਉਂ ਨਹੀਂ ਗਏ? ਉਹਦੇ ਕਿਉਂ ਨਹੀਂ ਬੈਠੇ? ਉੱਥੇ ਕਿਉਂ ਨਹੀਂ ਸਪੋਰਟ ਕੀਤੀ ਤੁਸੀਂ? ਇਹ ਕੋਈ ਮੇਰਾ ਮੁੱਦਾ, ਇਹ ਕੋਈ ਸਾਡਾ ਪਰਸਨਲ ਮੁੱਦਾ, ਕਿਸੇ ਇੱਕ ਮੰਡੀ ਦਾ ਮੁੱਦਾ? ਕਾਰਨ ਇਹ ਹੈ ਸਾਡੇ ਲਈ ਆਰ ਡੀ ਐਫ ਰੂਰਲ ਡਿਵੈਲਪਮੈਂਟ ਫੰਡ ਹੈ, ਉਹਨਾਂ ਲਈ ਆਰ ਡੀ ਐਫ ਰਹਿਣ ਦੇ ਫੰਡ ਹੈ, ਰਹਿਣ ਦੇ ਫੰਡ। ਉਹਨਾਂ ਨੇ ਤਪੰਗੇ ਪਾਏ ਨੇ, ਹੁਣ ਉਹ ਚਲੋ ਐਂ ਕਰ ਲੈਣ, ਥੋੜ੍ਹੀ ਬਹੁਤ ਯਾਰੀ ਦੋਸਤੀ ਵੀ ਚੱਲ ਜਾਂਦੀ ਹੈ, ਕੈਪਟਨ ਸਾਹਿਬ ਨਾਲ ਹੀ ਗੱਲ ਕਰ ਲੈਣ, ਉਹ ਤਾਂ ਉੱਧਰਲੇ ਪਾਸੇ ਨੇ ਆਉਣਾ। ਪਹਿਲਾਂ ਤਾਂ ਬਹੁਤ ਚਿੱਠੀਆਂ ਲਿਖ ਦਿੰਦੇ ਸੀ ਉਹਨਾਂ ਨੂੰ, ਉਹਨਾਂ ਦੇ ਘਰੇ ਕਾਫੀ ਖਾਣੇ ਭੋਜ ਵੀ ਰਾਤਰੀ ਦੇ ਹੋਏ ਨੇ, ਅਤੇ ਉਹਨਾਂ ਨੂੰ ਕਹਿ ਦੇਣ ਯਾਰ ਵੀ ਆਰ ਡੀ ਐਫ ਦਾ ਪੈਸਾ ਤਾਂ ਦਵਾ ਦਿਓ। ਨਾ, ਆਰ ਡੀ ਐਫ ਦਾ ਪੈਸਾ ਕਿੱਥੋਂ ਆਜੂਗਾ? ਪਿੱਛੇ ਜੇ ਪਟਿਆਲੇ ਰੈਲੀ ਹੋਈ ਬੀ ਜੇ ਪੀ ਦੀ, ਉਹ 'ਚ ਕੈਪਟਨ ਸਾਹਿਬ ਦੀ ਬੇਟੀ ਜੈਇੰਦਰ ਕੌਰ ਪਹਿਲੀ ਵਾਰ ਬੋਲੀ, ਅਤੇ ਉਹਨੇ ਕਹਿਣਾ ਤਾਂ ਇਹ ਸੀਗਾ ਕਿ 144 ਕਰੋੜ ਰੁਪਈਆ ਪਟਿਆਲੇ ਸ਼ਹਿਰ ਦੇ ਡਿਵੈਲਪਮੈਂਟ 'ਤੇ ਲਾਤਾ। ਉਹ ਕਹਿੰਦੀ 144 ਕਰੋੜ ਰੁਪਈਆ ਲੱਗ ਗਿਆ, ਕਿਉਂਕਿ ਜੀ ਇਹਨਾਂ ਦੀ ਗਿਣਤੀ 100 ਤੱਕ ਹੈ, 44 ਨਹੀਂ ਆਉਂਦਾ ਇਹਨਾਂ ਨੂੰ, 44 ਨਹੀਂ ਕਹਿਣਾ ਆਉਂਦਾ ਇਹਨਾਂ ਨੂੰ, ਇਹਨਾਂ ਕੋਲ 73 ਹੈ ਨਹੀਂ, ਇਹ 69 ਨੇ, 79 ਨੇ, 100 ਦਾ ਪਤਾ, 100 144 ਕਰੋੜ ਵਾਲੇ ਨੇ ਸਰ। ਉਹਨਾਂ ਤੋਂ ਕੀ ਉਮੀਦ ਕਰੋਗੇ ਪੰਜਾਬ ਬਾਰੇ, ਦੱਸ ਦੇਣਗੇ ਕੁਛ?